ظلمت ڈاڑے بس اتنا کرم کمائی رہے غم بین بھرا دے اجڑا نندا سادی قوم دلے کھچ پائی رہا اکبر دے دخام دا واسطہ ہی کردار دا اکبر کر سکوں ان نقش قدم تے قوم دا توں ہر شک جوان تو رہی رہا سیدان آج پنجی دری ہے اون دا واسطہ پہلے نا جیندیا منتا منے دیو کوشش کرائے سارے مومن روندیا کنال امین در رکھائے بین بازو جھڑنا اوکا ہے تے عباس دے جھڑا دا واسطہ ہی سارے پردیاں تے ماں شرطونی اندے علام دا پہرا لئی رام تکواس تسین دے پاس دا اے جدان دعا تہیں تہیں پہنچے طالب دا وارس بھیج دیویں وت قیم نہ ڈھیر بلہی رام اللہم صلی اللہ محمد آل محمد بی بی آدھی میرے پیو دا تخت سنبھال گدائی میں بھی جاننا جو شام ہو گئی تیرے دل چ درد تب آئے گئے درد نہ ہو بھی آ گھر ٹر گیا ہوئے ہو جیڑا بندہ جن تک گھائے نہیں کر سنگا بی بی آدھے قتال حسین تے قید علی آدھی میرے سامنے پتار کٹھے میں سائے ویسا میری دھی بازار لکھ دفعہ لکھ دفعہ بھائیان دا جو حکم آئی انہیں دے حکم دی تعمیل کر دیا ایک جملہ ماتم دا پیو دے بعد پیو دے دربار چا کھڑی زوار صاحب میں کہ پیو دے بعد پیو دے دربار چا کھڑی جے ہائے کریں تا ہی کلاف زادان جیڑا پیو دے بعد بیٹھا سی ساڑھے ترائے گھنٹے بعد پوچھ دے کیویں آئی شام ہو گئی ہوں میں روئے جی میں اکبر دی اماں چاہن دی جی بابا میرا ویرے جوانے وین کر گیا دے پیو دے بعد پیو دے نوکر دے سامنے کیویں آئی بی بی آدھی حق منگن یہ آدھن کوئی پیو دا لکھے تا لکھا
ਕੰਬਦੇ ਹੱਥਾਂ ਨਾਲ ਪਿਓ ਦੇ ਲਿਖੇ ਤਹਰੀਰ ਖੋਲੀ ਸੀ। ਮੈਂ ਸੈਯਦਾ ਮੈਂ ਇਵੇਂ ਪੜ੍ਹਦਾ ਰਹਿਣਾ, ਬੀਬੀ ਜਨਾਬ ਸੁਲੇਮਾਨ ਦੇ ਹੱਥ ਰੱਖੀ, ਸੁਲੇਮਾਨ ਪਹਿਲੀ ਕੁਰਸੀ ਵਾਲੇ ਕੋ ਦਿੱਤੀ, ਪਹਿਲੀ ਕੁਰਸੀ ਵਾਲੇ ਦੂਜੀ ਕੁਰਸੀ ਵਾਲੇ ਕੋ ਦਿੱਤੀ, ਦੂਜੀ ਕੁਰਸੀ ਵਾਲੇ ਤੀਜੀ ਕੁਰਸੀ ਵਾਲੇ ਕੋ ਦਿੱਤੀ। ਹੋਵੇ ਸ਼ੀਆ ਤੇ ਹੈ ਨਾ ਕਰੇ, ਤੀਜੀ ਕੁਰਸੀ ਵਾਲੇ ਪੜਾ ਨਹੀਂ ਪਾੜ ਕੇ ਜ਼ਮੀਨ ਤੇ ਭੁਕਾ ਕੇ ਆਦੇ ਵੰਜ ਪਿਓ ਦੀ ਕਬਰ ਤੋਂ ਗਏ। ਮੁਹੰਮਦ ਦੀ ਧੀ ਤੂੰ ਮਸਲੇ ਤੂੰ ਭੁੱਲ ਗਈ, ਜ਼ਿੰਦਗੀ ਦਾ ਪਤਾ ਕੋਈ ਨਹੀਂ। ਬਾਈ ਜਾਨ ਬੜੇ ਹੌਸਲੇ ਨਾਲ ਮੈਂ ਪੜ੍ਹਨ ਦਾ ਦਿਆ, ਸਮਝਾ ਸਮਝਾ ਕੇ ਜਦ ਇਹਨਾਂ ਕਹਿੰਦਾ ਮਸਲੇ ਤੂੰ ਭੁੱਲ ਗਈ, ਜਿਤਨੀ ਸੈਦਾਤ ਮੇਰੇ ਸਾਹਮਣੇ ਬੈਠੇ ਹੋ, ਮੈਂ ਆਪ ਵੀ ਸੈਯਦ ਹਾਂ। ਚਾਚਾ ਸਾਈ ਕਹੇ ਔਰਤ ਕੋ ਪੱਖ ਹੋਵੇ, ਮੈਂ ਜਿਹੜੀ ਗੱਲ ਕੀਤੀ ਹੈ ਮੈਂ ਇਸ ਗੱਲ ਤੇ ਸੱਚੀ ਹਾਂ। ਉਹ ਸੱਚੀ ਔਰਤ ਕੋ ਆਖੋ ਬਈ ਤੂੰ ਕੁਰਾਨ ਦੀ ਕਸਮ ਚਾਹ, ਉਹ ਆਸਾਨੀ ਨਾਲ ਚਾਹ ਗਿਣਸੀ ਜੋ ਕੋ ਪੱਕੇ ਜੋ ਮੈਂ ਸੱਚੀ ਹਾਂ। ਅਲਮ ਦੀ ਕਸਮ ਚਾਹ ਬਈ ਜਾਨ ਉਹ ਚਾਹ ਗਿਣਸੀ ਉਹ ਕੋ ਪੱਕੇ ਜੋ ਮੈਂ ਸੱਚੀ ਹਾਂ। ਹੋਵੇ ਸ਼ੀਆ ਤੇ ਹੈ ਨਾ ਕਰੇ, ਉਹ ਸੱਚੀ ਔਰਤ ਕੋ ਆਖੋ ਬਈ ਤੂੰ ਪੁੱਤਰਾਂ ਦੀ ਕਸਮ ਚਾਹ, ਭਾਵੇਂ ਉਹ ਸੱਚੀ ਹੋ ਸੀ ਨਾ ਬਈ ਜਾਨ ਪੁੱਤਰਾਂ ਦੀ ਕਸਮ ਨਚੇ ਸੀ। ਹੋਵੇ ਸ਼ੀਆ ਤੇ ਹੈ ਨਾ ਕਰੇ, ਜਦ ਇਹਨਾਂ ਕਹਿੰਦਾ ਤੂੰ ਮਸਲੇ ਤੂੰ ਭੁੱਲ ਗਈ, ਸੱਜਾ ਹੱਥ ਹਸਨ ਦੇ ਸਰ ਦੇ ਰੱਖੇ ਸੀ, ਖੱਬਾ ਹੁਸੈਨ ਦੇ ਰਾਖਿਆ, ਜੇ ਮੈਂ ਕੋ ਦੁਹਾਂ ਪੁੱਤਰਾਂ ਦੀ ਕਸਮ ਮੈਂ ਭੁੱਲਾ ਡਾਲੀ ਨਾ। ਪੁੱਤਰਾਂ ਦੀ ਕਸਮ ਹੈ, ਤਵਜੋ ਮੇਰੇ ਪਾਸੇ ਰੱਖਿਆ ਬਾਈ, ਮੈਂ ਭੁੱਲਣ ਵਾਲੀ ਨਾ। ਟੁਕੜੇ ਚਾਚਾ ਸਹੀ ਜ਼ਮੀਨ ਤੇ ਇਹ ਤਰੀਕੇ ਨਾਲ ਮੁਹੰਮਦ ਦੀ ਧੀ ਮਿੱਟੀ ਤੇ ਬੈਠੀ, ਸਰ ਦੇ ਵਾਲ ਸਫੈਦ ਥੀ ਗਏ। ਹਸਨ ਤੋਂ ਨਿਸ ਡਿੱਠਾ ਹੁਸੈਨ ਵਾਲੇ ਪਾਸੇ ਦੇਖ ਕੇ ਆਦੀ, ਹੁਸੈਨ ਬਚੜਾ ਮੇਰੇ ਕਰੀਬ ਆ, ਹੁਸੈਨ ਕਰੀਬ ਹੈ, ਹੁਸੈਨ ਤੂੰ ਸਾਹਮਣੇ ਖੜ। ਹੁਸੈਨ ਸਾਹਮਣੇ ਖੜੋਤੇ, ਹੋਵੇ ਸ਼ੀਆ ਤੇ ਹੈ ਨਾ ਕਰੇ, ਇਹ ਤਰੀਕੇ ਨਾਲ ਮੁਹੰਮਦ ਦੀ ਧੀ ਬਈ ਜਾਨ ਆਪਣੀ ਚਾਦਰ ਜ਼ਮੀਨ ਤੇ ਖਿੰਡਾਈਏ, ਜਿਹੜੇ ਮਾਤਮ ਕਰਕੇ ਰੋਵਣ ਜਾ ਦਿਓ, ਇਹ ਪਹਿਲਾ ਪਿਓ ਦੀ ਲਿਖੀ ਹੋਈ ਤਹਰੀਰ ਦਾ ਟੁਕੜਾ ਚਾਹੇ ਜ਼ਮੀਨ ਤੋਂ ਰੱਖੇ, ਚਾਦਰ ਡਿੱਠੇ ਹੁਸੈਨ ਦੇ ਮੂੰਹ ਦੋ। ਬੀਆ ਟੁਕੜਾ ਬਈ ਜਾਨ ਚਾਹੇ ਜ਼ਮੀਨ ਤੋਂ ਰੱਖੇ, ਚਾਦਰ ਡਿੱਠੇ ਹੁਸੈਨ ਦੇ ਮੂੰਹ ਦੋ। ਹੁਸੈਨ ਰੋਂਦਾ ਖੜਾਈ ਮਾਂ ਦੇ ਕੋ ਨਿੱਕੇ ਨਿੱਕੇ ਹੱਥ ਬੰਨ ਕੇ ਆਦੇ, ਅੰਮਾ ਟੁਕੜੇ ਜ਼ਮੀਨ ਤੋਂ ਚਾਹੁੰਦੇ ਹੋ, ਰੱਖਦੇ ਚਾਦਰ ਚੋ ਦੇ ਦੇ ਮੈਡੋ, ਰੋਂਦੇ ਕਿਉਂ ਹੋ? ਆਦੇ ਮੇਰੇ ਲਾਲ ਗੌਰ ਨਾਲ ਦੇ ਗਿਣ ਟੁਕੜੇ ਇਨ ਚੁਣੀਂਦੇ ਨੇ। ਇਕੱਠੇ ਕਰਕੇ ਵਨ ਲਈ ਮੁਹੰਮਦ ਦੀ ਧੀ ਪਿਓ ਦੇ ਦਰਬਾਰ ਚ ਖਾਲੀ ਆ ਬੈਠੀ ਮੁਸੱਲੇ ਤੇ। ਵੱਡੀ ਧੀ ਅੱਗੋ ਵਨ ਲਈ ਜ਼ੈਫਾ, ਜਦ ਤੁਹਾਡੀ ਤਵੱਜੋ ਨਹੀਂ, ਜ਼ੈਫਾ ਇਸ ਮੁਸੱਲੇ ਤੇ ਨਾ ਬਹਿ, ਇਹ ਮੇਰੀ ਮਾਂ ਜ਼ਹਰਾ ਦੀ ਮਸਲਤ ਹੈ। ਬੀਬੀ ਆਦੀ ਮੈਨੂੰ ਦੇਖ, ਮੈਂ ਤੇਰੀ ਮਾਂ ਜ਼ਹਰਾ, ਅਮਾ ਹੱਕ ਨਹੀਂ ਨਾ ਦਿੱਤਾ, ਇਹ ਵਜ੍ਹਾ ਤੂੰ ਸਰ ਦੇ ਵਾਲ ਸਫੈਦ ਥੀ ਗਏ। ਬੀਬੀ ਆਦੀ ਹੱਕ ਨਾ ਦੇਵੇ ਨਾ, ਇੰਜ ਨਾ ਕਹਿਣਾ ਮੁਹੰਮਦ ਦੀ ਧੀ ਮਸਲੇ ਤੂੰ ਭੁੱਲ ਗਈ। ਬੀਬੀ ਆਦੀ ਰੋਂ ਦਿੱਤਾ, ਹਾਂ ਸ਼ਬੀਰ ਕੁਹਿੰਦਾ ਦੇਖੀ ਹਾਂ, ਤੇਰੀ ਕੈਦ ਲਿਖੀਂਦੀ ਦੇਖੀ। ਰਜ ਰੋਵਿਆ ਮੁਹੰਮਦ ਦੀ ਧੀ ਪਿਓ ਦੀਆਂ ਦੁੱਖਾਂ ਖੂ। ਕੁਝ ਦਿਨਾਂ ਬਾਅਦ ਮਦੀਨੇ ਦੇ ਕੁਝ ਲੋਕ ਇਕੱਠੇ ਥਏ, ਅਲੀ ਬਾਦਸ਼ਾਹ ਦੇ ਦਰਵਾਜ਼ੇ ਤੇ, ਯਾ ਅਲੀ ਮੁਹੰਮਦ ਦੀ ਧੀ ਕੋ ਆਖ ਅੱਜ ਦੇ ਬਾਅਦ ਮਦੀਨੇ ਸ਼ਹਿਰ ਵਿੱਚ ਪਿਓ ਕੋ ਨਾ ਰੋਵੇ। ਅਲੀ ਬਾਦਸ਼ਾਹ ਫਰਮਾਉਂਦੇ ਨੇ ਉਹਨਾਂ ਤਾਂ ਉੱਚਾ ਕੁਰਾਨ ਹੀ ਕਦੇ ਨਹੀਂ ਪੜ੍ਹਾ,
आदि असा रोवण की आवाज कदें नहीं सुनी जद मुहम्मद की जी प्यू दुख कुरोंदी है मदीने की जमीन हल्दी है अस समझ वे जो मुहम्मद की धी प्यू दुख कुबे रोंदी अली बादशाह आदि में बहना तुहाडा पैगाम मुहम्मद की धी को देना जितने अजदार हो सैयद हथ बधी खाना कें मोमिन का दिल दुखे तो सैयद समझ के माफ करें लफ्ज अब्बास दिलम की कसम में को पंजी मुहर्रम जदी की कसम लफ्ज भई जान तारीख दिन अली बादशाह टुरन लगे एक उच्ची झई कद लभंदा सामने आके आदे अगर ते को चुप करावण दा डा ना आवे तो सा को चुप करावण दी डा दे बीबी रोंदी बैठी पहले यादी बैठी ओ वेला मैं को ना भूल सी ओ वेला मैं को ना भूल सी मैं कबर च रोसा मैं प्यू दे सामने रोसा ओ वेला मैं को ना भूल सी चाचा सही ईरान दा आलिम मुहम्मद दी धी दे दुखड़ा पड़दा है एक बंदा भाईजान सामने उठा ओ आलिम दे गो हाथ बदन ओ आखे आलिम साहब मेरी गल सुनो ओ आखे जी दसा ओ आखे आज मैं अपनी घर वाले नु मारे जद मैं वापस वल्ला ना मेरे दिल च एहसास था मैं उनका जुर्म कोई नहीं मैं उनको मारे मैं घर वाला हूं मेरे को खाना रखे ने मैं को मैं खाना खा दे मैं के तेरा जुर्म कोई नहीं मैं ते को मारे हूं आके बेशक तेरा हक बन दे क्योंकि तू मेरा शौहर है अगर मैं गलत हुआ मैं को समझा सकने लेकिन आज दे बाद मैं तेरे को हाथ बने नहीं हूं मैं को मारा कर मैं को धीया दे सामने ना मारे लख दफा बीबी आदि रोंदी ता हां मैं को धीयां दे सामने मारे ने बारो पीऊ दे उंती आई नी रोकणे जो मोहम्मद दी धी को आज दे बाद मदीने शहर च पीऊ को न रो आदि जाली मेरे पीऊ दी उंती को आखो मैं को ढेर न सतावे मैं तोरे थोड़े दियां दी मेहमान आज दे बाद उन को आखो तो सा घर च आराम करो मैं मदीने शहर च पियो को न रोसा बजुर्ग जाकिर पढ़ देन सारे कच्ची दे जेड़े अंदाज च पढ़ देन मैं हूं अंदाज च लफ्ज आदा ओ पढ़ दे रहंदे अली बादशाह मदीने शहर दे बाहर एक कोठा बनवाया इमाम बरगाह दी जगह दी इब्तदा पहले पहले मदीने दे विच रखी गई रोवण दी जगह जिता मुहम्मद दी धी वने आ पियो दी दुखां को रोवे कुछ दिन बाद मैं वहन के करीब आवन लगा कुछ दिन बाद अली बादशाह टुटद मुहम्मद की धी तेरे प्यू दमती बहु सताए वो कोठा डवा छोड़े ने जिथे प्यू करोण वेंदियां भाई जान हूं खड़ नहीं संगी सीधी प्यू की कबर ती आईए प्यू की कबर न गल आ क्या दिए बाबा हूं धी थक पई है तो तेरे वास ना मोहम्मद की कबर हल गई मेरी धी रो नहीं धीया के पुत्रों को मिल मैं तक घिन वे वापस वाली फिजा बेन मेरे हसनैन दी चोटियां धुआ खाना पका पोशाक धुआ मेरी अज पियो तो तैयारी है मैं टुरी वैनी हूं जनाब फिजा रोंदी वधी त्यादी वधी मोहम्मद की धी मैं को कहते सारे छोड़ी वैन अली बादशाह मोहम्मद की धी खैर तहे सारे काम इकट्ठे पे होने अदे जाली में टुरी वेंदी हाँ मेरी पीऊ तो तैयारी है मेरिया चंद वसीत याद रखें धी अमीर दी होवे
ਧੀ ਗਰੀਬ ਦੀ ਹੋਵੇ ਬਾਈ ਜਾਨ ਉਹ ਪੱਕ ਲੱਗ ਵਾਂਜੇ ਜੋ ਮੈਂ ਬਚਦੀ ਨਾ ਉਹ ਆਪਣੇ ਪੁੱਤਰਾਂ ਕੋ ਸਦੇ ਸੀ ਪੁੱਤਰਾਂ ਕੋ ਆਖਸੇ ਮੈਂ ਕੋ ਹੁਣ ਪੱਕੇ ਮੈਂ ਨਾ ਬਚਦੀ ਮੈਂ ਮਰ ਵਜਣੇ ਮੇਰੇ ਬਾਤ ਭੁਲਾਏ ਨਹੀਂ ਫੁਲਾਂ ਜਗ੍ਹਾ ਤੇ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਕੋ ਮੇਰੀ ਮੌਤ ਦੀ ਇਤਲਾਹ ਜ਼ਰੂਰ ਦਿਵਾਏ ਉਹ ਫੁਲਾਣਿਆਂ ਕੋ ਨਾ ਭੁਲਾਏ ਉਹਨਾਂ ਕੋ ਜ਼ਰੂਰ ਇਤਲਾਹ ਦਿਵਾਏ ਹੋਵੇ ਸ਼ੀਅਤ ਹੈ ਨਾ ਕਰੇ ਮੁਹੰਮਦ ਦੀ ਦਿਆ ਦੀ ਯਾ ਅਲੀ ਮੇਰੀ ਪਹਿਲੀ ਵਸੀਅਤ ਹੈ ਮੇਰੀ ਮੌਤ ਦੀ ਇਤਲਾਹ ਕਹਿ ਕੋ ਨਾ ਦੇਵੇ ਸ਼ਾਮ ਹੋ ਗਈ ਥੱਕਾ ਤੋਂ ਬੈਠੇ ਜਾਲੀ ਮੇਰੀ ਕਬਰ ਦਾ ਨਿਸ਼ਾਨ ਹਿੱਕ ਨਾ ਬਣਾਵੇ ਮੇਰਾ ਜਨਾਜ਼ਾ ਰਾਤੀ ਚਾਵੇ ਜਾਲੀ ਮੇਰੀ ਕਬਰ ਤੇ ਪਹਿਰਾ ਦੇਵੇ ਜਾਲੀ ਮੇਰਾ ਹਸਨ ਅਮੀਰੇ ਮੇਰਾ ਹੁਸੈਨ ਗਰੀਬ ਹੁਸੈਨ ਕੋ ਮੇਰੀ ਕਬਰ ਤੇ ਘਿਨਾ ਜਾਲੀ ਚਿੱਟੇ ਦੀ ਕੋ ਘਰ ਨਾ ਆਵੇ ਮੁਹੰਮਦ ਦੀ ਧੀ ਕੋਈ ਖਾਸ ਵਜ੍ਹਾ ਯਾ ਅਲੀ ਤੁਸਾਂ ਆਉਂਦੇ ਹੋ ਮੈਂ ਮੌਜੂਦ ਹੁੰਦੀ ਹਾਂ ਮੇਰੀ ਧੀ ਮੇਰੀ ਕੰਨ ਦਾ ਉਹ ਲੱਗੇ ਨਾ ਮੇਰੀ ਧੀ ਕੋ ਸ਼ਰਮ ਆਉਂਦੀ ਹੈ ਯਾ ਅਲੀ ਮੇਰੇ ਬਾਅਦ ਸ਼ਾਦੀ ਕਰੇ ਮੁਹੰਮਦ ਦੀ ਧੀ ਤੇਰੇ ਬਾਅਦ ਤੇ ਅਲੀ ਸ਼ਾਦੀ ਕਰੇ ਯਾ ਅਲੀ ਜ਼ਰੂਰ ਕਰੇ ਉਮਲ ਬਨੀਮ ਦੇ ਨਾਲ ਉਹਦੇ ਚੋਂ ਪੰਜ ਔਲਾਦਾਂ ਹੋ ਸਨ ਪੰਜੇ ਵਫਾਦਾਰ ਹੋ ਸਨ ਇੱਕ ਧੀ ਹੋ ਸੀ ਚਾਰ ਪੁੱਤਰ ਹੋ ਸਨ ਉਹਦੇ ਵੱਡੇ ਪੁੱਤਰ ਦਾ ਮੈਂ ਨਾਂ ਚੁਣੀ ਵੈਂਦੀ ਹਾਂ ਉਹਦੇ ਵੱਡੇ ਪੁੱਤਰ ਦਾ ਨਾਂ ਅਬਾਸ ਰੱਖੇ ਜਦੋਂ ਅਬਾਸ ਹੀ ਦੁਨੀਆ ਤੇ ਆ ਵਣੇ ਮੂੰਹ ਚੁੰਮ ਕੇ ਆਖੇ ਗਾਜ਼ੀ ਮਾਂ ਪਿਆ ਦਿਆ ਵੀ ਸ਼ਰੀਫ ਕੰਡ ਛੱਡਣੇ ਨੇ ਅਜਾਨੀ ਜਵਾਨੀ ਜਵਾਨੀ ਰੋਮਣਾ ਉਤਨਾ ਹੈ ਜਿਤਨਾ ਮੁਹੰਮਦ ਦੀ ਧੀ ਕੋ ਮਨਜ਼ੂਰ ਹੋ ਸਹੀ ਜਾਲੀ ਚੰਦ ਮਿੰਟ ਹੁਜਰਤ ਇਬਾਦਤ ਵਿੱਚ ਮਸਰੂਫ ਹੋਵੋ ਮੈਂ ਚੰਦ ਗੱਲਾਂ ਧੀਆਂ ਦੇ ਪੁੱਤਰਾਂ ਨਾਲ ਕਰਨੀਆਂ ਬਈ ਜਾਨ ਧੀਆਂ ਦੇ ਨਾਂ ਤੇ ਸੱਡ ਮਾਰੇ ਪੁੱਤਰਾਂ ਦੇ ਨਾਂ ਤੇ ਸੱਡ ਮਾਰੇ ਫਿਜ਼ਾ ਭੈਣ ਮੇਰੀ ਕਰੀਬ ਆ ਫਿਜ਼ਾ ਕਰੀਬ ਬਈ ਫਿਜ਼ਾ ਭੈਣ ਮੇਰੀ ਔਲਾਦ ਦੀ ਪਾਰਤ ਹੋਵੇ ਧੀਆਂ ਦੇ ਪੁੱਤਰਾਂ ਦੇ ਮੂੰਹ ਦੇਖ ਕੇ ਅਜੇ ਮੈਂ ਤੁਹਾਡੀ ਮਾਂ ਹਾਂ ਸੁੱਖਾਂ ਦੀ ਇਹ ਤੁਹਾਡੀ ਮਾਂ ਹੈ ਦੁੱਖਾਂ ਦੀ ਮੈਂ ਤੁਹਾਡੀ ਮਾਂ ਹਾਂ ਘਰ ਚ ਇਹ ਤੁਹਾਡੀ ਮਾਂ ਹੋ ਸੀ ਬਾਜ਼ਾਰਾਂ ਚ ਮੇਰੀ ਧੀ ਯਾਦ ਰੱਖੇ ਫਿਜ਼ਾ ਭੈਣ ਵੀ ਸੁਣਦੀ ਖੜੀ ਏ ਮੇਰਾ ਹਸਨ ਅਮੀਰ ਏ ਮੇਰਾ ਹੁਸੈਨ ਗਰੀਬ ਏ ਮੇਰੀ ਧੀ ਸਾਹਮਣੇ ਵਾਲੀ ਗੰਢ ਖੋਲ ਧੀ ਗੰਢ ਖੋਲੀ ਅਗਲੀ ਸੱਤਰ ਮੇਰੀ ਨਹੀਂ ਦਰਜਾਤ ਬੁਲੰਦ ਹੋਵੇ ਸਾਰੇ ਕੱਛੀ ਦੇ ਜਾ ਕੇ ਰਹਿਣ ਚਾਚਾ ਗੁਲਾਮ ਬਾਸ ਨਾ ਰਿਹਾ ਇਹ ਉਹਨਾਂ ਦੇ ਲਫ਼ਜ਼ ਨੇ ਦੀ ਗੰਢ ਖੋਲੀ ਅੰਮਾ ਇਹ ਰੁਮਾਲ ਏ ਬੀਬੀ ਆਦੀ ਕਾਬੂ ਰੱਖੇ ਅੰਮਾ ਇਹਦਾ ਕੀਮਤੀ ਤਾਂ ਕੋ ਨਹੀਂ ਬੀਬੀ ਆਦੀ ਯਾਦ ਰੱਖੇ ਜਦੋਂ ਸ਼ਰੀਫਾਂ ਤੇ ਵਕਤ ਆਉਂਦੇ ਮਿੱਟੀ ਸੋਹਣੇ ਨਾ ਤੋਂ ਮੰਗ ਡਾਵੀ ਦੀਦੀ ਗਿਰੋ ਸੀ ਤੇਰਾ ਬਿਰਾ ਖੈਮਾ ਦੇ ਪਿਛਲੇ ਪਾਸੋਂ ਆ ਖੜਸੀ ਤੇਰੇ ਕੋਲੋਂ ਕੱਪੜਾ ਮੰਗਸੀ ਆਖਸੀ ਮਹਿਮਾਨ ਏ ਜਿਹਦਾ ਨਾਂ ਹੁਰ ਏ ਆਮ ਕੱਪੜਾ ਨਾ ਦੇਵੇ ਮੇਰੇ ਹੱਥਾਂ ਦਾ ਸੀਤ ਹੋਇਆ ਰੁਮਾਲ ਅਮਾ ਦੋ ਚੋਲੇ ਬੀਬੀ ਆਦੀ ਕਾਬੂ ਰੱਖੇ ਅਮਾ ਮੇਰਾ ਹਸਨ ਜਵਾਨ ਏ ਮੇਰਾ ਹੁਸੈਨ ਜਵਾਨ ਏ ਬੀਬੀ ਆਦੀ ਯਾਦ ਰੱਖੇ ਮੇਰੇ ਬਾਤ ਪਿਓ ਤੋਰੇ ਸ਼ਾਦੀ ਕਰਨੀ ਹੈ ਉਮਲ ਬਨੀਮ ਦੇ ਨਾਲ ਲੋਕ ਮਤਰਈਆਂ ਮਾਵਾਂ ਕੋ ਮਾਸੀ ਸਦੈਂਦੇ ਨੇ ਤੁਸਾਂ ਅਮਾ ਸਦੈ ਉਹਦੇ ਚ ਪੰਜ ਔਲਾਦਾਂ ਹੋ ਸਨ ਪੰਜੇ ਵਫਾਦਾਰ ਹੋ ਸਨ ਇੱਕ ਧੀ ਹੋ ਸੀ ਚਾਰ ਪੁੱਤਰ ਹੋ ਸਨ ਉਹਦੇ ਵੱਡੇ ਪੁੱਤਰ ਦਾ ਨਾਂ ਮੈਂ ਚੁਣੀ ਵੈਂਦੀ ਹਾਂ ਉਹਦੇ ਵੱਡੇ ਪੁੱਤਰ ਦਾ ਨਾਂ ਅਬਾਸ ਰੱਖੇ ਇਸ ਇਲਾਕੇ ਵਾਲਿਓ ਇਹ ਅਬਾਸ ਦਾ ਅਲਮ ਗਵਾਹੇ ਅਗਰ ਭਾਈ ਜ਼ਵਾਰ ਸਾਹਿਬ ਮੈਂ ਇਹ ਲਫ਼ਜ਼ ਸਮਝਾ ਕੇ ਪੜ੍ਹ ਕੇ ਦੇਣਾ ਹੋ ਸਕਦੇ ਮੇਰੇ ਹਿੱਸੇ ਦੀ ਨੌਕਰੀ ਥਾਈ ਮੁਕੰਮਲ ਹੋ ਵਜੇ ਬੀਬੀ ਆਦੀ ਜਦੋਂ ਅਬਾਸ ਹੀ ਦੁਨੀਆ ਤੇ ਆ ਵਜੇ ਨਾ ਮੇਰੇ ਹੱਥਾਂ ਦੇ ਸੀਤੇ ਚੋਲੇ ਕੋ ਪਵਾਵੇ ਚਾ ਤੇ ਮੇਰੇ ਤਰਫੋਂ ਕੋ ਸਨੀਆ ਚੜੇਵੇ ਮੂੰਹ ਚੁੰਮ ਕੇ ਆਖੇ ਗਾਜ਼ੀ ਮਾਂ ਪਿਆ ਦਿਆ ਵੀ ਮੈਂ ਤੇਰਾ ਚੋਲਾ ਇੱਕ ਹੱਥ ਨਾਲ ਸੀਂਦੀ ਰਹੀ ਹਾਂ ਜੇ ਹਾਏ ਨਾ ਕੀਤੀ ਬਲਾ ਓਏ ਚਾਚਾ ਬਲਾ ਓਏ
بس بھائی ختم ونجو میرے لال نانے دی قبر تے دعا مانگو دوویں شہزادے ٹرے فضا بہن میں کو بستر بنا دے جتنے تک میری تسبیح دی آواز آندی راوے سمجھے محمد دی دھی اس دنیا تے ہے جدن تسبیح دی آواز مک ونجے سمجھے محمد دی دھی دی دکھاں تو جند چھٹ گئی ہے فضا بہن یاد رکھیں میرا حسن امیر ہے میرا حسین غریب ہے میرے حسین دی پارا تو بھی جتنے تک حسین کھانا نہ کھاوے میرے میت تے رون نہ دے بھائی جان زندگی دا پتہ کوئی نہیں پتہ نہیں اگلی مجلس میرے نصیب وچ ہے جے کوئی نہ اے تے 14 جان نے لفظ چھوڑا نہیں فضا دی میں سوچن لگ گیا جو محمد مصطفی حسن کو امیر سمجھندے حسین کو غریب سمجھدا علی بادشاہ حسن کو امیر حسین کو غریب جے محمد دی دید آخری ٹائم ہے تا حسن کو امیر حسین کو غریب فضا دیے میں تائیں ویلے وین پتائی جدا حسن دے میت دی تیر لگن نا ایویں تیراں چ ہتھ پا کے علی دی دھی دے منہ دے کے آدی اے تا ہے امیر دی حالت غریب دی کیڑی حالت ہے بس دوویں شہزادے نانے دی مزار تے گئے آخر لفظ تے وین شروع امام الحاق کے نانے دی مزار تے رکھنے حسین روندا کھڑے حسن روندا کھڑے حسین ادے منگ دعا حسن ادے تو دعا منگ جو چھوٹے دی دعا اللہ خالی نہیں کرے گا جڑے ماتمی جوانو اے سیداں تورے مہماناں بھین تے بھراد زواراں جو حکم ملے ہک وین سنے نا تو کو بی بی دے دکھاں دا واسطے اگر پہلے وین تے جوان روون نہ آوے نا اتنی ہائے کریں تیری ہائے دی آواز قریب والا مومن سن کے نے حسین جڑی دعا منگے سنے ونجا رو کیا دا کھڑے نانا اماں بیمارے قبر حسین تے میرا ہاتھ اگلا وین حسین یوجیاں کیتے نبی دی قبر حال گئی دنیا مزار تیرا کیا دے بیٹھے ٹھیک ہے نانا جن دا وطن ہوئے مان کرے نانا وطن دا مان کی دائی میں کربلا دا غریباں میں وطن چھوڑنے قاتل خنجر چلاونے میری دی مندا کرنی نانا تو سڑے دارا سے میں جواب نہ لے ماں مر گئی ہے ان بچوں کو کھیل یاد نہیں جاتی جنہ کو آ کے ماں دے
منتظر آئے حسین دویا سر تے رکھن سڈ مار کے آدھے اما فضا دروازہ کھول فضا دروازہ کھولے بئی ودا کے آدھے بسم اللہ آؤ تک کھانے کھواوا تو ہاکو پوشاک پوا جڑے کڑیا جوان بیٹھے ہو حسن تو چپ کھڑ رہے حسین گواں دے تیری ماں منع کر گئی ہے جتنے تک حسین کھانا نہ کھاوے رون نہ دے میں غسل ملتا رہے حسین دور روندا رہے کفن ملے حسین دور روندا رہے بابا جی جنازہ تیار تھے علی حقل ماری میرا سونا بچڑا آما دموڑے آدھے بابا فخر مریم میں فخر عیسیٰ مریم صدا محمد دی دھی دا جنازہ تیار تھے علی سڈ مارے سنی ونجا رو کیا دا کھڑے منہ دیکھ گینو